एसआईटी सामने बबू मान। मनकीरत औलख तो भी हुए सवाल। इन्हां दोवां दा सामना होया है एसआईटी दे सवालां दे नाल। मानसा च मूसेवाला कतल केस दी जांच कर रही एसआईटी सामने पेश होए ने पंजाब दे दो मशहूर गायक। मूसेवाला दे पिता वल्लों वार वार म्यूजिक इंडस्ट्री वल कीते जांदे इशारे दा नतीजा है कि हुण जांच दे घेरे च नामी गायक भी आ गए ने। बुधवार बाद दोपहर दोवें गायकां तों वार वार एसआईटी ने सवाल जवाब कीते। बब्बू मान तों 3 घंटे ते मनकीरत औलख तों 2.5 घंटे सवाल जवाब होए। एसआईटी मुताबिक जे फिर लोड़ पई तां गायकां नूं मुड़ तों बुलाया जाएगा। ਜਿਹੜਾ ਕੇਸ ਸ਼ੁੱਧੀ ਮਰਡਰ ਕੇਸ ਹੈ ਉਹਦੇ ਵਿੱਚ ਐਸ ਆਈ ਟੀ ਵੱਲੋਂ ਬੁਲਾਇਆ ਗਿਆ ਸੀ ਅਤੇ ਐਸ ਆਈ ਟੀ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਜਿਹੜੇ ਸਾਡੇ ਕੋਲ ਫੈਕਟ ਸੀਗੇ ਉਹ ਕਲੀਅਰ ਕੀਤੇ ਗਏ। ਜਿਹੜੀ ਕੋਈ ਉਹਨਾਂ ਦੀ ਗੱਲ ਸੀ ਉਹਨਾਂ ਨੇ ਰੱਖੀ ਹੈ। ਸੋ ਇਹਦੇ 'ਚ ਤਫਤੀਸ਼ ਚੱਲ ਰਹੀ ਹੈ। ਇਸ ਤੋਂ ਇਲਾਵਾ ਮੈਰਿਜ ਕੁਛ ਨਹੀਂ, ਇਨਵੈਸਟੀਗੇਸ਼ਨ ਔਨਗੋਇੰਗ ਪ੍ਰੋਸੈਸ ਉਹ ਚੱਲਦੀ ਰਹੇਗੀ। ਜਿਹੜਾ ਵੀ ਕੋਈ ਸਾਨੂੰ ਲੱਗੇਗਾ ਕਿ ਬੁਲਾਉਣ ਦੀ ਲੋੜ ਹੈ ਜਾਂ ਇਸ ਕੇਸ ਬਾਰੇ ਦੱਸ ਸਕਦਾ ਉਹਨੂੰ ਅਸੀਂ ਬੁਲਾ। ਮੁਸ਼ਕਿਲ ਹੈ ਕਿ ਦੁਬਾਰਾ ਬੁਲਾਇਆ ਜਾਏਗਾ ਕਿ ਨਹੀਂ, ਬਿਕੋਜ਼ ਹਜੇ ਜਿਹੜੀ ਪੁੱਛਗਿੱਛ ਹੋਈ ਹੈ ਉਸ ਦੇ ਅਸੀਂ ਜਿਹੜੇ ਕੇਸ ਦੇ ਬਾਕੀ ਫੈਕਟਸ ਨੇ ਉਹਨਾਂ ਦੇ ਹਿਸਾਬ ਨਾਲ ਦੇਖਾਂਗੇ। ਜੇ ਲੋੜ ਹੋਏਗੀ ਤਾਂ ਦੁਬਾਰਾ। ਆਖਿਰ ਕਤਲ ਦੇ 6 ਮਹੀਨਿਆਂ ਬਾਅਦ ਹੀ ਕਿਉਂ ਦੋਵਾਂ ਗਾਇਕਾਂ ਤੋਂ ਪੁੱਛਗਿੱਛ ਹੋ ਰਹੀ ਹੈ? ਇਸ ਦੇ ਪਿੱਛੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਲਗਾਤਾਰ ਚੁੱਕੇ ਜਾਂਦੇ ਸਵਾਲ ਨੇ। ਮੂਸੇਵਾਲਾ ਦੇ ਪਿਤਾ ਲਗਾਤਾਰ ਇਸ ਗੱਲ ਦਾ ਦਬਾਅ ਬਣਾ ਰਹੇ ਸਨ ਕਿ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਵੀ ਜਾਂਚ ਦੇ ਦਾਇਰੇ 'ਚ ਲਿਆਂਦਾ ਜਾਏ। ਮੈਂ ਚਾਹੁੰਦਾ ਵੀ ਜਿਹੜੇ ਮਾਸਟਰ ਮਾਈਂਡ ਨੇ ਸਿੱਧੂ ਕਿੰਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ। ਸਿੱਧੂ ਨੂੰ ਇੰਡਸਟਰੀ 'ਚੋਂ ਪਾਸੇ ਕੌਣ ਕਰਨਾ ਚਾਹੁੰਦਾ ਸੀ? ਉਹਨਾਂ ਲੋਕਾਂ ਵੱਲ ਵੀ ਜਾਇਆ ਜਾਵੇ ਕਿ ਜੋ ਗੈਂਗਸਟਰ ਦੇ ਨਾਲ ਪੁਲਿਸ ਦਾ ਵਰਤਾਵ ਹੈ ਉਹ ਇੱਕ ਮਹਿਮਾਨਾਂ ਵਾਲਾ ਹੈ। ਉਹ ਉਹਨਾਂ ਤੋਂ ਲਾਰੈਂਸ ਦਾ ਕਿਉਂ ਨਹੀਂ ਨਾਰਕੋਟਿਕ ਟੈਸਟ ਕੀਤਾ ਜਾਂਦਾ? ਸਾਰੇ ਚਿਹਰੇ ਨੰਗੇ ਹੋਣ, ਕਿਹੜੇ ਪੋਲੀਟੀਕਲ ਲੀਡਰ ਉਹਨੂੰ ਸਪੋਰਟ ਕਰਦੇ ਹੈ, ਕਿਹੜੇ ਸਾਡੇ ਭੱਦਰ ਪੁਰਸ਼ ਜੋ ਸਫੈਦ ਪੋਸ਼ ਹੋਮਲੈਂਡ 'ਚ ਰਹਿੰਦੇ ਨੇ ਜਾਂ ਨੇੜੇ ਤੇੜੇ ਉਹਨਾਂ ਦਾ ਦੋਸਤੀਆਂ ਪਾਈਆਂ ਹੋਈਆਂ, ਉਹਨਾਂ ਦਾ ਕੀ ਕਾਰੋਬਾਰ ਹੈ? ਤੁਸੀਂ ਨਾਰਕੋ ਟੈਸਟ ਕਰੋ, ਜੱਗੂ ਦਾ ਕਰੋ ਔਰ ਲਾਰੈਂਸ ਦਾ ਕਰੋ, ਬਾਕੀ ਕੇਸਾਂ ਦੇ ਵਿੱਚ ਕੀ ਸੈਂਟਰ ਗੌਰਮੈਂਟ ਨੇ ਨਹੀਂ ਕੀਤੇ? ਗੱਲ ਨਾ ਸੁਣੇ ਜਾਣ ਦੀ ਸੂਰਤ 'ਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਸੀ, ਜਿਸ ਤੋਂ ਬਾਅਦ ਅਗਲੇ ਹੀ ਦਿਨ ਐਸਆਈਟੀ ਦੀ ਅਗਵਾਈ ਕਰ ਰਹੇ ਆਈਜੀ ਪਰਿਵਾਰ ਨੂੰ ਮਿਲੇ ਤੇ ਉਹਨਾਂ ਦੀਆਂ ਸ਼ਿਕਾਇਤਾਂ ਲਿਖ ਕੇ ਲਿਆਏ। ਹੁਣ 2 ਗਾਇਕਾਂ ਤੋਂ ਪੁੱਛਗਿੱਛ ਹੋਈ ਹੈ। ਇਸ ਤੋਂ ਪਹਿਲਾਂ ਵਿੱਕੀ ਮਿੱਠੂਖੇੜਾ ਦੇ ਭਰਾ ਅਜੇਪਾਲ ਸਿੰਘ ਤੋਂ ਵੀ ਪੁੱਛਗਿੱਛ ਹੋਈ ਸੀ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾਅਵਾ ਕਰਦੀ ਹੈ ਕਿ ਸ਼ੂਟਰਾਂ ਸਣੇ ਸਾਜ਼ਿਸ਼ 'ਚ ਸ਼ਾਮਿਲ ਲੋਕ ਫੜ ਲਏ ਗਏ ਨੇ, ਪਰ ਮੂਸੇਵਾਲਾ ਦੇ ਪਿਤਾ ਮਾਸਟਰ ਮਾਈਂਡਸ 'ਤੇ ਸ਼ਿਕੰਜਾ ਕਸਵਾਉਣਾ ਚਾਹੁੰਦੇ ਨੇ। ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ, ਜਿਸ ਨੂੰ ਕੈਲੀਫੋਰਨੀਆ ਦੇ ਵਿੱਚ ਟ੍ਰੇਸ ਕੀਤੇ ਜਾਣ ਦੀ ਖਬਰ 2 ਦਸੰਬਰ ਨੂੰ ਆਈ ਸੀ, ਪਰ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਆਖਿਰ ਇਹ ਗੈਂਗਸਟਰ ਹੈ ਕਿੱਥੇ ਅਤੇ ਕਦੋਂ ਤੱਕ ਆਪਣੇ ਅੰਜਾਮ ਤੱਕ ਪਹੁੰਚੇਗਾ। ਹਾਲਾਂਕਿ ਮੁੱਖ ਮੰਤਰੀ ਨੇ ਤਾਂ ਉਸ ਨੂੰ ਹਿਰਾਸਤ 'ਚ ਲਏ ਜਾਣ ਦਾ ਦਾਅਵਾ ਕਰ ਦਿੱਤਾ ਸੀ, ਪਰ ਹੁਣ ਜਦੋਂ ਸਵਾਲ ਹੁੰਦਾ ਤਾਂ ਨਾ ਹੀ ਉਹਨਾਂ ਦੇ ਮੰਤਰੀ ਤੇ ਨਾ ਹੀ ਖੁਦ ਮੁੱਖ ਮੰਤਰੀ ਕੋਈ ਜਵਾਬ ਦਿੰਦੇ ਨੇ। ਨਾ ਸਿਰਫ ਪਰਿਵਾਰ ਬਲਕਿ ਲਗਾਤਾਰ ਵਿਰੋਧੀ ਧਿਰਾਂ ਵੀ ਸਵਾਲ ਪੁੱਛ ਰਹੀਆਂ ਨੇ। ਲੋਕ ਸਭਾ 'ਚ ਵੀ ਇਹ ਮੁੱਦਾ ਗੂੰਜਿਆ। एक पंजाब गैंगलैंड बन के रह गया है, वहां पे सरकार रोज आना, वहां पे कत्ल हो रहे हैं और दोबारा पुराना माहौल जैसे था पंजाब में टेररिज्म वाला माहौल लाया जा रहा है। सर मेरी आपसे गुजारिश है, क्योंकि सेंट्रल गवर्नमेंट होम मिनिस्टर भी उसमें मिनिस्ट्री लगी हुई है और जो उसके मारने वाले हैं वो कनेडा अमेरिका में बैठे हैं, पाकिस्तान में बैठे हैं, सर उसके ऊपर लुकआउट नोटिस भी जारी किया हुआ है, क्योंकि पंजाब सरकार, पंजाब पुलिस बहुत अच्छी है लेकिन सरकार वहां की बिल्कुल फेल हो चुकी है सेंट्रल गवर्नमेंट को अपने हाथ में ये लेके, क्योंकि वो बहुत बाहर के देश वहां से वो ये काम कर रहे हैं, क्योंकि उनके माँ बाप रोज तड़प रहे हैं सर। इतने बड़े नामवर सिंगर और अनेकों उसकी तरह जो नौजवान मारे जा रहे हैं उनको न्याय मिले, उनके माँ बाप कहीं ये तो सोच सकें भी हमारा बेटा चला गया और उसका हमें जिसने मारा उनको सजा तो मिली। मूसेवाला ਦੇ ਪਿਤਾ ਨੇ ਲੰਘੇ 6 ਮਹੀਨਿਆਂ ਦੇ ਅੰਦਰ 60 ਵਾਰ ਸਰਕਾਰ ਨੂੰ ਮਾਸਟਰ ਮਾਈਂਡ ਦਬੋਚਣ ਦੀ ਅਪੀਲ ਕੀਤੀ ਹੈ, ਪਰ ਸਰਕਾਰਾਂ ਜਿਸ ਨੂੰ ਕਾਰਵਾਈ ਦੱਸ ਰਹੀਆਂ ਨੇ ਉਹ ਮੂਸੇਵਾਲਾ ਦੇ ਪਰਿਵਾਰ ਨੂੰ ਮਹਿਜ਼ ਖਾਨਾਪੂਰਤੀ ਲੱਗ ਰਹੀ ਹੈ। ਮਾਨ ਸਰਕਾਰ ਮੂਸੇਵਾਲਾ ਕਤਲ ਕੇਸ 'ਚ ਬੈਕਫੁੱਟ ਤੇ ਹੈ। ਨਾ ਸਿਰਫ ਮੂਸੇਵਾਲਾ ਬਲਕਿ ਉਸ ਦੇ ਬਾਅਦ ਇੱਕ ਤੋਂ ਬਾਅਦ ਇੱਕ ਹੋਈਆਂ ਖੂਨੀ ਵਾਰਦਾਤਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਸਵਾਲਾਂ ਦੀ ਘੁੰਮਣ ਘੇਰੀ 'ਚ ਫਸਾ ਦਿੱਤਾ ਹੈ, ਜਿਸ ਦਾ ਨਾ ਤਾਂ ਕੋਈ ਢੁੱਕਵਾਂ ਜਵਾਬ ਮਿਲਦਾ ਹੈ ਤੇ ਨਾ ਹੀ ਪੰਜਾਬ ਦੇ ਹਾਲਾਤਾਂ ਦਾ ਕੋਈ ਸਹੀ ਹੱਲ ਮਿਲਦਾ ਹੈ।